ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋ ਤਿੰਨ ਦਿਨਾਂ ਤੋਂ ਕਈ ਸਿੰਘ ਪੁੱਛ ਵੀ ਰਹੇ ਨੇ ਤੇ ਇੱਕ ਵੀਡੀਓ ਜਿਹੜੀ ਹੈ ਉਹ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਕਿਸੇ ਵੀਰ ਨੇ ਜਪਜੀ ਸਾਹਿਬ ਦੀ ਪੰਕਤੀ ਇੱਕ ਸੰਸਾਰੀ ਇੱਕ ਪੰਡਾਰੀ ਇੱਕ ਲਾਏ ਦੇ ਬਾਣ ਦੀ ਉਹ ਵਿਆਖਿਆ ਸਹਿਤ ਦੱਸੀ ਹੈ ਉਹਦੇ ਚ ਪੰਡਾਰੀ ਸ਼ਬਦ ਦੇ ਜਿਹੜੇ ਅਰਥ ਉਹ ਮੋਦੀ ਕੀਤਾ ਹੋਇਆ ਉਹ ਵੀਰ ਨੂੰ ਬੋਧ ਨਹੀਂ ਹੈ ਗਿਆਨ ਨਹੀਂ ਹੈ ਇਹ ਜਿਹੜੇ ਅਰਥ ਨੇ ਡਾਕਟਰ ਮਨਮੋਹਨ ਸਿੰਘ ਹੋਣਾ ਨੇ ਕੀਤੇ ਨੇ ਉਹ ਤੋਂ ਮੋਦੀ ਦਾ ਪਤਾ ਵੀ ਨਹੀਂ ਸੀ ਜਦੋਂ ਉਹਦੇ ਅਰਥ ਕੀਤੇ ਗਏ ਨੇ ਔਰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਮੋਦੀ ਸ਼ਬਦ ਆਵੰਦਾ ਹੁਣੇ ਕੱਲ ਨੂੰ ਵੀਰ ਉੱਥੋਂ ਉਹ ਮੋਦੀ ਸ਼ਬਦ ਕੱਢ ਕੇ ਕਹੇਗਾ ਦੇਖੋ ਜੀ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਕਿਸੇ ਦੇ ਮੋਦੀ ਲਿਖ ਦਿੱਤਾ। ਗੁਰੂ ਗ੍ਰੰਥ ਸਾਹਿਬ ਵਿੱਚ ਮਹਾਰਾਜ ਜੀ ਨੇ ਬਚਨ ਕੀਤੇ ਨੇ ਮੋਦੀ ਕੇ ਘਰ ਖਾਣਾ ਪਾਕਾ ਵਾਕਾ ਲੜਕਾ ਮਾਰਿਆ ਥਾ। ਉਹ ਤੇ ਵੀ ਮੋਦੀ ਜੁਮੀਆਂ ਦਾ ਉੱਥੇ ਵੀ ਮੋਦੀ ਸ਼ਬਦ ਆਇਆ। ਉਹਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਸultanpur ਸਾਹਿਬ ਦੀ ਧਰਤੀ ਤੇ ਮੋਦੀ ਦੀ ਕਿਰਤ ਕਰਦੇ ਰਹੇ ਨੇ। ਮੋਦੀ ਖਾਣਾ ਉੱਥੇ ਮਹਾਰਾਜ ਜੀ ਦਾ ਨਾਮ ਪ੍ਰਸਿੱਧ ਸੀਗਾ ਵੀ ਇਹ ਨਵਾਬ ਦੌਲਤ ਖਾਂ ਦੇ ਮੋਦੀ ਨੇ ਮੋਦੀ ਦਾ ਮਤਲਬ ਹੁੰਦਾ ਜਿਹੜਾ ਰੋਜੀ ਦੇਣ ਵਾਲਾ ਹੁੰਦਾ ਭੰਡਾਰ ਭੰਡਾਰਨ ਕਰਨ ਵਾਲਾ ਹੁੰਦਾ ਉਹ ਮੋਦੀ ਪ੍ਰਮਾਤਮਾ ਮੋਦੀ ਦਾ ਅਰਥ ਮਹਾਂਪੁਰਸ਼ਾਂ ਨੇ ਮੋਦ ਪੈਦਾ ਕਰਨ ਵਾਲਾ ਖੁਸ਼ੀ ਪੈਦਾ ਕਰਨ ਵਾਲਾ ਇਹ ਵੀ ਅਰਥ ਕੀਤਾ ਹੈ ਇਹ ਜਿਹੜਾ ਮੋਦੀ ਹੁਣ ਹਿੰਦੁਸਤਾਨ ਦਾ ਭਾਰਤਖੰਡ ਦਾ ਪ੍ਰਾਈਮ ਮਿਨਿਸਟਰ ਹੈ ਉਹਦੇ ਇਹ ਤਾਂ ਹੁਣ ਪੈਦਾ ਹੋਇਆ ਗੁਰੂ ਸਾਹਿਬ ਜੀ ਨੇ ਇਹ ਪ੍ਰਾਤਨ ਸਮੇਂ ਦੇ ਵਿੱਚ ਇਹ ਨਾਮ ਵਰਤਿਆ ਇਦਾਂ ਨਹੀਂ ਹੁੰਦਾ ਵੀ ਇਹ ਆਰਐਸਐਸ ਨੇ ਕਰ ਦਿੱਤਾ ਜਾਂ ਫਲਾਣੇ ਨੇ ਕਰ ਦਿੱਤਾ ਥੋੜਾ ਬਹੁਤਾ ਸੰਗਾਂ ਨੂੰ ਗਿਆਨ ਰੱਖਣਾ ਚਾਹੀਦਾ ਜੇ ਨਾਮ ਪਤਾ ਹੋਵੇ ਆਪ ਨੂੰ ਤਾਂ ਕਿਸੇ ਸਿੰਘ ਕੋਲ ਪੁੱਛ ਲੈਣਾ ਚਾਹੀਦਾ ਇਹ ਇਦਾਂ ਹੀ ਵੀਡੀਓ ਬਣਾ ਕਰਕੇ ਸਿੰਘਾਂ ਦੇ ਵਿੱਚ ਜਾਂ ਸੰਗਤ ਦੇ ਵਿੱਚ ਜਿਹੜੀ ਆਮ ਸੰਗਤ ਨੂੰ ਨਹੀਂ ਪਤਾ ਉਹਨਾਂ ਵਿੱਚ ਅਸ਼ੋਪੰਜ ਪੈਦਾ ਕਰ ਦੇਣਾ ਸ਼ੰਕਾ ਪੈਦਾ ਕਰ ਦੇਣਾ ਇਹ ਯੋਗ ਨਹੀਂ ਹੈ ਮੈਂ ਕਈ ਦਿਨਾਂ ਤੋਂ ਵੇਖ ਵੀ ਰਿਹਾ ਤੇ ਕੁਝ ਸਿੰਘ ਮੈਨੂੰ ਬਾਰ ਬਾਰ ਪੁੱਛਦੇ ਵੀ ਨੇ ਗੈਨੀ ਜੀ ਆਹ ਵੇਖੋ ਕੀ ਲਿਖਿਆ ਇਸ ਕਰਕੇ ਮੈਂ ਅੱਜ ਇਹ ਵੀਡੀਓ ਬਣਾ ਕੇ ਪਾ ਰਿਹਾ ਉਹ ਵੀਡੀਓ ਵੀ ਨਾਲ ਮੈਂ ਅਟੈਚ ਕਰ ਰਿਹਾ ਜਿਹੜੀ ਉਹ ਵੀਰ ਨੇ ਪਾਈ ਹੈ ਇਸ ਕਰਕੇ ਪੁਲੇਖਿਆਂ ਚ ਦਾ ਪਿਆ ਕਰੋ ਕੋਈ ਮਾੜੀ ਮੋਟੀ ਆਪ ਪੜਤਾਲ ਕਰ ਲਿਆ ਕਰੋ ਵੇਖੋ ਜੀ ਆ ਕੀ ਲਿਖ ਦਿੱਤਾ ਜੀ ਉਹ ਇੱਕ ਭਾਦਰੋ ਦੇ ਮਹੀਨੇ ਚ ਗਿੱਦੜ ਪੈਦਾ ਹੋਇਆ ਸੀ ਕਹਿਣ ਲੱਗਾ ਜੀ ਇਤਨੀ ਬਾਰਿਸ਼ ਅਸੀਂ ਨੇ ਜ਼ਿੰਦਗੀ ਮੇ ਪਹਿਲੀ ਵਾਰ ਦੇਖੀ ਉਹ ਸਾਵਣ ਦਾ ਮਹੀਨਾ ਲੰਘਿਆ ਸੀ ਸਾਵਣ ਦੇ ਮਹੀਨੇ 'ਚ ਹੀ ਪੈਦਾ ਹੋਇਆ ਤੇ ਇੱਕੋ ਮਹੀਨੇ ਦੇ ਵਿੱਚ ਇਹ ਬਾਰਿਸ਼ ਵੇਖੀ ਸੀ ਅਜੇ ਉਹ ਕਹਿੰਦਾ ਪਹਿਲੀ ਵਾਰ ਵੇਖੀ ਹੈ ਇਹਦਾ ਮਤਲਬ ਕਿ ਪਹਿਲਾਂ ਕਦੇ ਸਾਵਣ ਭਾਦਰੋਂ ਜਮੀ ਨਹੀਂ ਪਿਆ ਉਹ ਭਾਈ ਜੇ ਤੁਸੀਂ ਆਪ ਪਹਿਲਾਂ ਨਹੀਂ ਪੜਤਾਲ ਕੀਤੀ ਨਹੀਂ ਵੇਖਿਆ ਤੇ ਇਦਾਂ ਸੰਗਤ ਦੇ ਵਿੱਚ ਵਿਵਾਦ ਨਹੀਂ ਪੈਣਾ ਚਾਹੀਦਾ ਕੋਈ ਜਿੰਨਾ ਤੁਸੀਂ ਇਹ ਵਿਵਾਦ ਪਾਇਆ ਉਹਨਾਂ ਵਿੱਚ ਜਪਜੀ ਸਾਹਿਬ ਜੀ ਦਾ ਪਾਠ ਹੀ ਕਰ ਲੈਂਦਾ ਇੱਕ ਬੈਗ 5-10 ਮਿੰਟਾਂ 'ਚ ਹੋ ਜਾਣਾ ਸੀ ਤੇ ਮੇਰੀ ਇਹ ਬੇਨਤੀ ਹੈ ਕਿ ਕਿਸੇ ਪ੍ਰਕਾਰ ਦੀ ਕੋਈ ਛੇੜਖਾਨੀ ਨਹੀਂ ਹੋਈ ਇਹ ਪੁਰਾਤਨ ਸਮਿਆਂ ਵਿੱਚ ਇਹ ਨਾਂ ਜਿਹੜਾ ਗੁਰਾਂ ਸਾਹਿਬ ਵਿੱਚ ਵੀ ਮੋਦੀ ਸ਼ਬਦ ਆਇਆ ਉਹ ਇਸ ਜਿਹੜਾ ਹੁਣ ਮਨਿਸਟਰ ਹੈ ਇਹਦੇ ਵਾਸਤੇ ਨਹੀਂ ਉਹ ਸ਼ਬਦ ਵਰਤਿਆ ਗਿਆ ਇਹ ਅਕਾਲ ਪੁਰਖ ਪਰਮੇਸ਼ਰ ਦਾ ਵੀ ਬਾਚਕ ਹੈ ਮੋਦ ਪੈਦਾ ਕਰਨ ਵਾਲਾ ਖੁਸ਼ੀ ਪੈਦਾ ਕਰਨ ਵਾਲਾ ਰੋਜੀ ਦੇਣ ਵਾਲਾ ਹਾਂਜੀ ਇਹ ਅਰਥਾਂ ਦੀ ਵਿਚਾਰ ਜਿਹੜੀ ਆ ਉਹ ਸਾਨੂੰ ਕਰ ਲੈਣਾ ਚਾਹੀਦੀ ਹੈ ਕਈ ਸਿੰਘਾਂ ਦੇ ਵਿੱਚ ਸ਼ੰਕਾ ਆਇਆ ਹੋਇਆ ਸੀ ਇਸ ਕਰਕੇ ਮੈਂ ਵੀਡੀਓ ਬਣਾ ਕੇ ਪਾ ਰਿਹਾ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ